ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਦਕ ਡੇਅਰੀ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ, ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਇਹ ਸ਼ਹਿਰ ਮੋਗਾ ਅਤੇ ਮੋਗੇ ਦੇ ਵਿੱਚੋਂ ਪੁਰਾਣਾ ਘੱਲ ਕਲਾਂ ਵਾਲਾ ਜਿਹੜਾ ਰੋਡ ਹੈ ਉਸ ਰੋਡ ਦੇ ਉੱਤੇ ਇੱਕ ਡੇਅਰੀ ਫਾਰਮ ਹੈ। ਮੇਰੀਆਂ ਬਹੁਤ ਵੀਡੀਓ ਇੱਥੋਂ ਦੀਆਂ ਬਣੀਆਂ ਕਿਉਂਕਿ ਨਾਗ ਇੱਥੇ ਗਿਣਤੀ ਦੇ ਵਿੱਚ ਬਹੁਤ ਹੁੰਦੇ ਆ, ਜਿਹਦੇ ਕਰਕੇ ਕੁਛ ਕੁ ਨਾਗ ਵਿਕਰੀ ਵਾਲੇ ਨਿਕਲਦੇ ਰਹਿੰਦੇ ਆ। ਖਾਸ ਕਰਕੇ ਜਿਵੇਂ ਆਪਾਂ ਗੱਲ ਕਰੀਏ ਦੋਸਤੋ ਤੋਕੜ ਗੱਬਣ ਮੱਝਾਂ ਦੀ, ਅੱਜ ਦੀ ਵੀਡੀਓ 'ਚ ਤੁਹਾਨੂੰ ਮੈਂ ਦਸ ਨਾਗ ਦਿਖਾਉਣੇ ਹੈ ਅਤੇ ਦਸ ਦੀਆਂ ਦਸ ਮੱਝਾਂ ਜਿਹੜੀਆਂ ਉਹ ਤੋਕੜ ਗੱਬਣ ਹੈ। ਡਿਟੇਲ ਮੈਂ ਪੁੱਛਦਾ ਜਾਊਂਗਾ, ਨਾਗ ਜ਼ਿਆਦਾ ਉਹਦੇ ਕਰਕੇ ਇੱਥੇ ਖੜ੍ਹੇ ਦਿਖਾਉਣੇ ਆ, ਕਿਉਂਕਿ ਜਦੋਂ ਇੱਕ ਖੁੱਲ੍ਹਦਾ ਤਾਂ ਫਿਰ ਦੂਜੇ ਰਿੰਗਣਾ ਸ਼ੁਰੂ ਕਰ ਦਿੰਦੇ ਆ, ਆਵਾਜ਼ ਤੁਹਾਨੂੰ ਨਹੀਂ ਸਮਝ ਆਉਂਦੀ, ਡਿਟੇਲ ਤੁਹਾਨੂੰ ਸਮਝ ਨਹੀਂ ਆਉਂਦੀ। ਉਹਦੇ ਕਰਕੇ ਕੋਸ਼ਿਸ਼ ਇਹੀ ਆ ਵੀ ਇੱਥੇ ਖੜ੍ਹੇ ਪਸ਼ੂ ਦਿਖਾ ਦਈਏ, ਜਿਹੜਾ ਪਸ਼ੂ ਤੁਹਾਨੂੰ ਚੰਗਾ ਲੱਗਿਆ ਟੋਟਲ ਡਿਟੇਲ ਬਾਈ ਕਹਿੰਦਾ ਵੀ ਉਹੀ ਦੱਸਣੀ ਹੈ ਜੋ ਐਕਚੁਅਲ ਦੇ ਵਿੱਚ ਹੈਗੀ ਹੈ। ਜਿੰਨਾ ਦੁੱਧ ਦੱਸਿਆ ਜਾਊਗਾ ਤੁਸੀਂ ਚੋ ਕੇ ਦੇਖ ਲਓਗੇ, ਜੇ ਕੋਈ ਪਸ਼ੂ ਦੇ ਕਿਸੇ ਥਣ ਦੇ ਨਾਲ ਕੋਈ ਸ਼ਾਖ ਆ ਤਾਂ ਉਹ ਵੀ ਤੁਹਾਨੂੰ ਦੱਸਾਂਗੇ, ਪਰ ਫਿਰ ਵੀ ਆ ਕੇ ਤੁਸੀਂ ਉਦੋਂ ਬਾਅਦ 'ਚ ਆਪਦੀ ਪਸੰਦ ਦਾ ਪਸ਼ੂ ਖਰੀਦ ਸਕਦੇ ਹੋ। ਸੋ ਨਾਗ ਦਸ ਆ ਟੋਟਲ, ਵੀਡੀਓ ਨੂੰ ਐਂਡ ਤੱਕ ਦੇਖਦੇ ਰਹੋ। ਆਓ ਸ਼ੁਰੂਆਤ ਕਰਦੇ ਹਾਂ ਆਪਾਂ, ਪਹਿਲੇ ਨੰਬਰ 'ਤੇ ਜਿਹੜੀ ਮੱਝ ਇੱਧਰੋਂ ਤੋਕੜ ਗੱਬਣ ਵਿਕਾਊਗਾ ਬਾਈ। ਸਤਿ ਸ਼੍ਰੀ ਅਕਾਲ, ਨਾਮ ਦੱਸ ਦੀ ਬਾਈ? ਜਸਵਿੰਦਰ ਸਿੰਘ। ਜਸਵਿੰਦਰ ਬਾਈ, ਛਾਂਟੀ ਕਰ ਰਹੇ ਹੋ ਫਿਰ ਦਸ ਤੋਕੜ ਗੱਬਣ ਵੇਚ ਕੇ ਫਿਰ ਸੱਜਣਾ ਪਾਉਣਗਾ ਹੁਣ? ਹਾਂਜੀ ਹਾਂਜੀ, ਮਤਲਬ ਦੁੱਧ ਦਾ ਕੰਮ ਆ ਮੇਨ ਆਪਣਾ। ਹਾਂਜੀ, ਪਹਿਲੇ ਨੰਬਰ 'ਤੇ ਮੱਝ ਖੜੀ ਆ ਬਾਈ ਵਿਕਰੀ ਵਾਲੀ ਇਹ? ਹਾਂਜੀ। ਕਿੰਨਵਾਂ ਸੂਆ ਜਸਵਿੰਦਰ ਬਾਈ? ਸੂ ਕੀ? ਚੌਥਾ ਸੂਆ ਸੂਏਗੀ। ਠੀਕ ਹੈ, ਜਸ ਵੀ ਹੋਈ। ਠੀਕ ਹੈ, ਦੁੱਧ ਇਸ ਟਾਈਮ? ਇਸ ਟਾਈਮ 6 ਕਿਲੋ ਜੀ। ਇਹ ਗੱਬਣ ਕਿੰਨੇ ਚਿਰ ਦੀ ਹੈ? ਇਹ 4.5-5 ਮਹੀਨੇ ਗੱਬਣ ਜੀ। 4.5 ਤੋਂ ਉੱਤੇ ਹੈ, ਚੈੱਕ ਪਾਸ ਹੈ? ਹਾਂ, ਅਗਲਾ ਆਪਦੀ ਇੱਥੋਂ ਚੈੱਕ ਪਾਸ ਕਰਾ ਦੇ, ਲੈ ਜੇ ਬਾਅਦ ਆਪਾਂ ਲਾਂਭਾ ਨਹੀਂ ਲੈਣਾ। ਠੀਕ ਹੈ, ਜਾਨੀ ਆਪਣੀ ਇੱਥੋਂ ਦੀ ਗਾਰੰਟੀ ਹੈ, ਇੱਥੋਂ ਚੈੱਕ ਪਾਸ ਕਰਾ ਲਈ। ਹਾਂਜੀ। ਠੀਕ ਹੈ, ਦੁੱਧ ਦੋਨੇ ਟਾਈਮ ਦਿੰਦੀ 6 ਕਿਲੋ? ਹਾਂਜੀ, ਦੋਨੇ ਟਾਈਮ 6 ਕਿਲੋ। ਠੀਕ ਹੈ, ਸੋ ਦੋਸਤੋ ਦੇਖੋ ਮਾਝ ਤੁਸੀਂ ਚੌਥਾ ਸੂਆ ਇਹਨੇ ਸੂਣਾ, ਮੈਂ ਇੱਥੇ ਖੜੀ ਤੁਹਾਨੂੰ ਆਸੇ ਪਾਸੇ ਨੂੰ ਜਾਂਦੀ ਦਿਖਾਉਣੀ ਹੈ। ਹਵਾਨਾ ਹੁਣ ਵੀ ਚੰਗਾ ਦਿਖਾ ਰਹੀ ਹੈ, ਹਾਲਾਂਕਿ 10:01 ਸਕਰੀਨ 'ਤੇ ਦਿਸ ਰਿਹਾ, ਮਤਲਬ ਸੁਬਾਹ ਦੇ ਟਾਈਮ ਮੈਂ ਇਹ ਵੀਡੀਓ ਬਣਾ ਰਿਹਾ, 24 ਤੋਂ ਬਾਅਦ ਦੀ ਇਹ ਵੀਡੀਓ ਹੈ। ਸੋ ਇਹ ਪਹਿਲੇ ਨੰਬਰ 'ਤੇ ਮੱਝ, ਚੌਥਾ ਸੂਆ ਇਹਨੇ ਸੂਣਾ, 4.5 ਮਹੀਨਿਆਂ ਤੋਂ ਉੱਤੇ ਗੱਬਣ ਹੈ, ਚੈੱਕ ਪਾਸ ਹੈ। ਇਹਦੂ ਬਾਅਦ 'ਚ ਇੱਕ ਹੋਰ ਮੱਝ ਬਾਈ ਕੋਲ ਵਿਕਰੀ ਵਾਲੀ ਹੈ। ਜਸਵਿੰਦਰ ਬਾਈ, ਇਹ ਝੋਟੀ ਕਿੰਨਵਾਂ ਸੂਆ ਸੂਗੀ? ਇਹਨੇ ਤੀਜਾ ਸੂਆ ਸੂਣਾ ਜੀ। ਤੀਜਾ ਸੂਆ ਇਹਨੇ ਸੂਣਾ, ਕਿੰਨੇ ਚਿਰ ਦੀ ਇਹ ਗੱਬਣ? 4.5 ਦੀ ਗੱਬਣ ਹੈ ਜੀ। 4.5 ਦੀ ਗੱਬਣ ਹੈ, ਦੁੱਧ ਹੁਣ ਕਿੰਨਾ ਦਿੰਦੀ? ਦੁੱਧ 5 ਕਿਲੋ ਜੀ। 5 ਕਿਲੋ ਦੁੱਧ ਹੈ? ਛਾਂਗ ਹੈ ਜੀ, ਛਾਂਗ ਵਿਚਾਲੇ ਹੈਗੀ ਆ, ਠੀਕ ਵੱਖਰਾ ਲੱਗਾ ਇੱਕ, ਚੱਲਦੀ ਹੈ ਉਹ? ਹਾਂਜੀ ਹਾਂਜੀ, ਭਾਰਾ ਹੁੰਦੀਆਂ ਜੀ, ਫੋਨ ਠੀਕ ਹੈ। ਸੋ ਦੋਸਤੋ ਇਹ ਤੀਜੇ ਸੂਏ ਵਾਸਤੇ ਬਹੁਤ ਸੋਹਣੀ ਝੋਟੀ ਹੈ, ਬਿਲਕੁਲ ਕੁੰਡੇ ਸਿੰਘਾਂ ਦੀ ਹੈ। ਇਹਦੇ ਜਿਹੜੀ ਕਮੀ ਹੈ, ਇਹਦੀ ਜਿਹੜਾ ਘਾਟ ਬਣਦੀ ਉਹ ਇਸ ਸਾਈਡ 'ਤੇ ਇੱਕ ਸ਼ਾਖ ਹੈ, ਤੁਹਾਨੂੰ ਪੰਜਵਾਂ ਥਣ ਨਜ਼ਰ ਆਉਂਦਾ ਹੋਣਾ ਅਤੇ ਉਹ ਚੱਲਦਾ, ਹੁਣ ਉਹ ਧਾਰਾਂ ਹੀ ਆਉਂਦੀਆਂ। ਜਦੋਂ ਸੱਜਰ ਸੀ ਉਦੋਂ 1/2 ਕਿਲੋ ਦੁੱਧ ਬਾਈ ਕਹਿੰਦਾ ਆਉਂਦਾ ਰਿਹਾ ਉਸ ਥਾਂ 'ਚੋਂ। ਤੁਸੀਂ 5 ਥਾਣੇ ਦੇ ਮੰਨ ਕੇ ਇਹਦਾ ਸੌਦਾ ਕਰ ਲਿਓ ਜੀ, ਤੋਕੜ ਗੱਬਣ ਝੋਟੀ। ਬਾਕੀ ਢਾਂਚਾ ਸੋਹਣਾ, ਜਿਹੜਾ ਇੱਕ ਇਹਦੀ ਕਮੀ ਹੈ ਉਹ ਤੁਹਾਨੂੰ ਦੱਸ ਹੀ ਦਿੱਤੀ ਹੈ, ਹਵਾਨਾ ਸਾਫ਼ ਦਿਖਾਉਂਦੀ ਹੈ, ਬਖੜੀ ਰਹਿੰਦੇ ਬਾਈ। ਅਤੇ ਜਿਹੜਾ 5ਵਾਂ ਥਣ ਤੁਸੀਂ ਕਬੈਣੀ ਵਾਲੇ ਪਾਸੇ ਦੂਜੇ ਥਣਾਂ ਦੇ ਸੈਂਟਰ 'ਚ ਦੇਖ ਸਕੋਗੇ, ਇਸ ਸਾਈਡ ਤੋਂ ਦੇਖ ਲਓ। ਸੋ ਇਹ ਚੱਲਦਾ ਹੈ ਦੋਸਤੋ ਨਾਲ, ਸੋ ਇਹ ਝੋਟੀ ਤੀਜੇ ਸੂਏ ਵਾਸਤੇ ਗੱਬਣ ਹੈ ਇਸ ਟਾਈਮ। ਇਹਦੂ ਅੱਗੇ ਜਿਹੜੀਆਂ ਦੱਸੋ ਮੱਝਾਂ ਵਿਕਰੀ ਵਾਲੀਆਂ ਉਹਨਾਂ ਬਾਰੇ ਵੀ ਆਪਾਂ ਡਿਟੇਲ ਪੁੱਛ ਲੈਂਦੇ ਹਾਂ ਬਾਈ। ਜਿਹੜੀ ਇਹ ਜਸਵਿੰਦਰ ਤੇਰੇ ਤੋਂ ਥੋੜ੍ਹਾ ਡਰਦੀ ਹੈ ਮੱਝ, ਇਹ ਮਾੜਾ ਪਿੱਛੇ ਰਹੀ ਬਾਈ। ਸੋ ਦੋਸਤੋ ਹਵਾਨਾ ਇਸੇ ਤਰ੍ਹਾਂ ਦੇਖੋ, ਕਿਉਂਕਿ ਤੋਕੜ ਗੱਬਣ ਬਹੁਤ ਸੋਹਣੀ ਝੋਟੀ ਹੈ ਵੀਰ ਕੋਲ ਵਿਕਰੀ ਵਾਲੀ। ਜਸਵਿੰਦਰ ਬਾਈ, ਕਿੰਨਵਾਂ ਸੂਆ ਸੁਣਦੀ ਹੈ? ਇਹ ਦੂਜਾ ਸੂਆ ਸੁਣਾ ਜੀ। ਦੂਜਾ ਸੂਆ? ਹਾਂਜੀ। ਕਿੰਨਾ ਟਾਈਮ ਦੀ ਗੱਬਣ ਹੈ ਇਹ? 3.5 ਮਹੀਨੇ ਗੱਬਣ ਜੀ। ਚੈੱਕ ਪਾਸ ਹੈ? ਆਪਣੀ ਚੈੱਕ ਪਾਸ। ਦੁੱਧ ਹੁਣ? ਦੁੱਧ 6 ਕਿਲੋ ਜੀ। ਦੋਵੇਂ ਟਾਈਮ ਮਿਲਦੀ ਹੈ? ਦੋਵੇਂ ਟਾਈਮ। ਠੀਕ ਆ, ਸੋ ਦੋਸਤੋ 6 ਕਿਲੋ ਦੁੱਧ ਹੈ। ਇੱਕ ਚੀਜ਼ ਧਿਆਨ 'ਚ ਲਿਆ ਦੇਣਾ ਵੀ ਇਹ ਚੰਗੀ ਕੀਮਤ 'ਚ ਬਾਈ ਕਹਿੰਦਾ ਸੀ ਵੀ ਵੇਚਣੀ ਝੋਟੀ, ਕਿਉਂਕਿ ਤੋਕੜ ਦਾ ਵੀ ਹਵਾਨਾ ਤੁਹਾਨੂੰ ਦੱਸੂਗਾ ਸੱਜਰਾਂ ਜਿੰਨਾ ਹੈ। ਹਾਲਾਂਕਿ ਹੁਣ ਮੈਂ ਸੁਬਾਹ ਦੇ ਟਾਈਮ ਵੀਡੀਓ ਬਣਾ ਰਿਹਾ। ਕਿੰਨਾ ਦੁੱਧ ਸੀ ਬਾਈ ਪਹਿਲਾਂ?
15 ਕਿਲੋ ਤਾਜ਼ੀ ਥੱਲੇ ਸੀਗਾ। ਹਾਂਜੀ ਤੇ ਸੂਈ 1.5 ਸਾਲ ਹੋ ਗਿਆ ਅਸੀਂ ਟੀਕੇ ਭਰਾਉਂਦੇ ਆ, ਟੀਕਿਆਂ ਦੇ ਰਹੀਆਂ ਨਹੀਂ ਦੋਵੇਂ ਝੋਟੀਆਂ। ਅੱਛਾ 1.5 ਸਾਲ ਮਾਡੀ ਤਾਂ ਰਹੀਆਂ। 1.5 ਸਾਲ ਹੋ ਗਿਆ ਸੂਈ ਨੂੰ। ਹਾਂਜੀ ਫਿਰ ਵੀ ਦੁੱਧ ਇੰਨਾ ਚਿਰ ਰਹੀ ਜਾਂਦੀ ਹੈ, ਲੰਬਾ ਟਾਈਮ ਦੁੱਧ ਪੈ। ਠੀਕ ਹੈ ਸੋ ਦੋਸਤੋ ਦੇਖੋ ਤੁਸੀਂ ਝੋਟੀ, ਤੁਹਾਨੂੰ ਇਹਦੇ ਬਾਰੇ ਇਨਫੋਰਮੇਸ਼ਨ ਬਾਈ ਨੇ ਦੱਸ ਹੀ ਦਿੱਤੀ ਹੈ ਵੀ ਇਹਨੂੰ 1.5 ਸਾਲ ਹੋ ਗਿਆ ਸੂਈ ਨੂੰ ਟੀਕੇ 'ਤੇ ਖੜੀ ਨਹੀਂ, ਫਿਰ ਇਹ ਡਾਇਰੈਕਟ ਕ੍ਰੋਸ ਕਰਾਈ ਹੈ, ਫਿਰ ਜਾ ਕੇ ਗੱਭਣ ਹੋਈ ਹੈ। ਦੁੱਧ ਅੱਜ ਵੀ 6 ਕਿਲੋ ਹਵਾਨਾ ਬਿਲਕੁਲ ਹਰਾ ਤਾਜ਼ੀਆਂ ਮੱਝਾਂ ਵਾਂਗੂ ਹੈਗਾ। ਇਦੋਂ ਅੱਗੇ ਇੱਕ ਹੋਰ ਮੱਝ ਬਾਈ ਕੋਲ ਦੱਸੋ ਜਿਹੜੀ ਤੋਕੜ ਗੱਭਣ, ਇਹ 4 ਨੰਬਰ ਤੇ ਆ ਗਈ ਬਾਈ। ਹਾਂਜੀ ਇਹ 6 ਮਹੀਨੇ ਗੱਭਣ ਜੀ, 6ਾਂ ਦੀ ਗੱਭਣ ਆ, ਦੁੱਧ ਦਿੰਦੀ ਹੈ ਹੁਣ ਜਾਂ ਟਰਾਈ? ਦੁੱਧ ਟਰਾਈ ਕੀਤੀ, ਦੁੱਧ ਟਰਾਈ ਕਰਤੀ। ਸੂਆ ਕਹਿੰਦਾ ਮੈਂ ਸੂਣਾ ਜਿਸ ਨੂੰ ਇਹਨੇ ਦੂਜਾ ਜੀ ਦੂਜਾ ਲਿਆਉਂਦੀਆਂ ਇਕੱਠੀਆਂ ਸੂਈਆਂ 1.5 ਸਾਲ। ਓਕੇ ਸੋ ਦੱਸੋ ਇਹ ਵੀ 1.5 ਸਾਲ ਦੀ ਸੂਈ ਦੁੱਧੋਂ ਡਰਾਈ ਹੈ, 6 ਮਹੀਨਿਆਂ ਦੀ ਗੱਭਣ ਚੈੱਕ ਪਾਸ ਤੁਸੀਂ ਕਰਵਾ ਕੇ ਲੈ ਜਾਓ। ਹਵਾਨਾ ਇਸ ਟਾਈਮ ਡਰਾਈ ਕਰਕੇ ਤੁਹਾਨੂੰ ਮਾਸ ਹੀ ਦਿਸੂਗਾ, ਬਾਕੀ ਆ ਕੇ ਤਸੱਲੀ ਕਰ ਲਓ। ਜੇ ਮੈਂ ਤੁਹਾਨੂੰ ਕੋਸ਼ਿਸ਼ ਕਰ ਰਿਹਾ ਇਹਨਾਂ ਬਾਰੇ ਬੇਸਿਕ ਦੱਸਣ ਦੀ, ਇਦੋਂ ਅੱਗੇ ਤੁਸੀਂ ਇਨਫੋਰਮੇਸ਼ਨ ਜਿਹੜੀ ਉਹਦੇ ਹਿਸਾਬ 'ਤੇ ਆਪ ਪਸੰਦ ਕਰ ਲਓ। ਸਿਹਤਮੰਦ ਝੋਟੀਆਂ ਹੈ ਕਿਉਂਕਿ 1.5 ਸਾਲ ਹੋ ਗਿਆ ਸੂਈਆਂ ਨੂੰ, ਹਾਲਾਂਕਿ ਦੁੱਧ ਬਹੁਤ ਟਾਈਮ ਬਾਈ ਦੱਸਦਾ ਇਹਨਾਂ ਨੇ ਪਿਆਇਆ, ਪਰ ਫਿਰ ਵੀ ਹੁਣ ਸਿਹਤ ਇਹਨਾਂ ਦੀ ਤੁਹਾਨੂੰ ਤਾਂ ਨਰੋਈ ਨਿੱਗਰ ਦਿਸਦੀ ਹੈ। ਇੱਦਾਂ ਦਾ ਹਵਾਨਾ ਦੱਸੋ, ਹਵਾਨਾ ਸੋਹਣਾ ਕੱਢੂਗੀ ਮੱਝ, ਪਰ ਹਾਲ ਦੀ ਘੜੀ ਜਿਹੜਾ ਉਹ ਹਵਾਨਾ ਬਿਲਕੁਲ ਖਾਲੀ ਹੈ। ਇਦੋਂ ਅੱਗੇ ਇੱਕ ਮੱਝ ਹੋਰ ਵਿਕਰੀ ਵਾਲੀ ਇਸ ਸਾਈਡ 'ਤੇ ਹੈ, ਇਹ 5 ਨੰਬਰ 'ਤੇ ਤੁਹਾਨੂੰ ਹੁਣ ਮੱਝ ਦਿਖਾ ਰਹੇ ਹਾਂ। ਤੁਹਾਨੂੰ 5.5 ਮਹੀਨੇ ਦੀ ਗੱਭਣ ਹੈ, ਦੁੱਧ ਹੁਣ ਦਿੰਦੀ ਹੈ ਬਾਈ ਇਹ? 6 ਕਿਲੋ ਜੀ, 6 ਕਿਲੋ ਦੋਵਾਂ ਟਾਈਮਾਂ ਦਾ ਹੈਗਾ। ਹਾਂਜੀ ਠੀਕ ਹੈ। ਅੱਛਾ ਇਹ ਸੂਆ ਕਿਨਵਾਂ ਸੂ ਜਸਵਿੰਦਰ? ਇਹਨੇ ਤੀਜਾ ਜੀ, ਤੀਜਾ ਸੂਆ। ਹਾਂਜੀ ਸੋ ਤੀਜਾ ਸੂਆ ਸੁਣੀ ਹੈ ਦੱਸੋ, ਚੰਗੀ ਮੱਝ ਹੈ, ਬਰੀਕ ਬਿਲਕੁਲ ਪਿੱਠ ਪੁੜੇ ਦੀ ਨਜ਼ਰ ਆਉਂਦੀ ਹੈ, ਮਾਸ ਬਿਲਕੁਲ ਬਰੀਕ ਹੈ। ਇਹ ਇੱਕ ਤੁਸੀਂ ਇਹ ਮੰਨ ਲਓ ਵੀ ਹਾਤਾ ਟੈਪ, ਜਿਵੇਂ ਆਪਣੀ ਜਗ੍ਹਾ ਹੁੰਦੀ ਸ਼ਹਿਰਾਂ ਦੇ ਵਿੱਚ, ਤੰਗ ਜਗ੍ਹਾ 'ਚ ਜਗ੍ਹਾ ਬਹੁਤ ਆ ਪਰ ਪਸ਼ੂ ਜ਼ਿਆਦਾ ਹੋਣ ਕਰਕੇ ਬਾਈ ਨੇ ਪੱਕੇ ਥਾਂ 'ਤੇ ਹੀ ਰੱਖੇ ਹੋਏ, ਇੰਨੇ ਪਸ਼ੂਆਂ ਨੂੰ ਕੱਚੇ 'ਚ ਬੰਨਣਾ ਔਖਾ ਕੰਮ ਹੈ। ਸੋ ਇਹ ਮੱਝ ਤੁਸੀਂ ਦੇਖ ਸਕਦੇ ਹੋ ਦੋਸਤੋ, ਤੀਜੇ ਸੂਏ ਵਾਸਤੇ ਗੱਭਣਾ। ਸੋ ਆਸੇ ਪਾਸੇ ਨੂੰ ਜਾਂਦੀ ਮੱਝ ਦਾ ਤੁਸੀਂ ਹਵਾਨਾ ਜ਼ਰੂਰ ਨਜ਼ਰ ਇਹਦੇ 'ਤੇ ਘੁਮਾ ਸਕਦੇ ਹੋ। ਦੱਸੋ ਇੱਦਾਂ ਦਾ ਰੌਕੇ ਦੇ ਹਵਾਨੇ ਦਾ, ਉਹ ਬਰੀਕ ਇਹ ਚਮੜੀ ਦੀ ਹੈ, ਸਿੰਘ ਇਹਦੇ ਵੀ ਕੁੰਡੇ ਆ। ਇਦੋਂ ਅੱਗੇ ਤੁਹਾਨੂੰ ਇਹ 5 ਨੰਬਰ 'ਤੇ ਤੁਹਾਨੂੰ ਮੱਝ ਦਿਖਾਈ ਹੈ, ਇਹ ਤੋਂ ਬਾਅਦ 6 ਨੰਬਰ ਵਾਲੀ ਮੱਝ ਦਿਖਾਉਣੀ। ਇੱਕ ਬੂਰੀ ਮੱਝ ਆ ਦੋਸਤੋ ਇਦੋਂ ਅੱਗੇ ਜਿਹੜੀ ਤੁਹਾਨੂੰ ਦਿਖਾਉਣੀ ਹੈ, ਪੁੱਛੋ ਲੰਡੀ ਹੈ, ਹਵਾਨਾ ਬਹੁਤ ਸੋਹਣਾ ਸਾਫ਼ ਬਿਲਕੁਲ, ਤੋਕੜ ਗੱਭਣ ਹੈ, ਸਿੰਘ ਖੁੱਲ੍ਹਾ ਦਿਸਦਾ ਹੀ ਹੈ, ਬਾਕੀ ਢਾਂਚਾ ਵੱਡਾ, ਕੱਦ ਕਾਠ ਸੋਹਣੇ ਦੀ ਹੈ। ਜਸਵਿੰਦਰ ਬਾਈ ਕਹਿੰਦਾ ਸੂਆ ਸੂ ਕੀ ਅੱਗੇ? ਇਹਨੇ 5ਵਾਂ ਸੂਆ ਸੋਣਾ ਜੀ, 5ਵਾਂ ਸੂਆ ਸੋਣਾ। ਹੁਣ ਗੱਭਣ ਕਿੰਨੇ ਚਿਰ ਦੀ ਹੈ? ਹੁਣ 4.5 ਮਹੀਨੇ ਦੇ ਕਰੀਬ, 4.5 ਤੋਂ ਉੱਤੇ ਹੈ। ਦੁੱਧ ਹੁਣ ਦਿੰਦੀ ਹੈ ਬਾਈ? 6 ਕਿਲੋ ਦੁੱਧ ਜੀ ਦੋਵਾਂ ਟਾਈਮਾਂ ਦਾ। ਹਾਂਜੀ ਠੀਕ ਹੈ, ਇਹ ਕੱਟੀ ਤੇ ਮਿਲਦੀ ਹੈ, ਕੋਈ ਰਕਮ ਕਰੋ ਆਪਾਂ ਕੱਟੀ ਨਾਲ ਦੇ ਦਾਂਗੇ। ਠੀਕ ਹੈ। ਅੱਛਾ ਜੇ ਕੋਈ ਰਕਮ ਭਰਦਾ ਤਾਂ ਕੱਟੀ ਨਾਲ ਦੇ ਦਿਆਂਗੇ। ਕੱਟੀ ਕਿਹੜੀ ਹੈ ਇਹਦੀ, ਵੱਡੀ ਜਿਹੜੀ ਦਿਸਦੀ ਹੈ ਪੂਰੀ? ਹਾਂਜੀ ਇਹ ਕੱਟੀ ਹੈ, ਕੱਟੀ ਦੀ ਕੀਮਤ ਅਲੱਗ ਤੋਂ ਐਡ ਕਰਾਂਗੇ ਨਾਲ ਫਿਰ। ਠੀਕ ਹੈ, ਕੱਲੀ ਮੱਝ ਦੀ ਜੇ ਗੱਲ ਕਰਨੀ ਹੋਵੇ ਕਿੰਨੇ ਦੀ ਦੇ ਦੇ? 52,000 ਦੀ ਜਾਂਦੀ ਕੱਟੀ ਸਮੇਤ, ਲੈਣ ਦੇਣ ਕੱਟੀ ਸਮੇਤ 75,000 ਦੀ, ਕੱਟੀ ਸਮੇਤ 75 ਦੀ। ਸੋ ਦੱਸੋ 52,000 ਦੀ ਮੱਝ ਮਿਲ ਜੂਗੀ ਪੂਰੀ, ਬਿਨਾਂ ਕੱਟੀ ਤੋਂ ਤੁਸੀਂ ਖਰੀਦਣਾ ਚਾਹੁੰਦੇ ਆ ਤਾਂ। ਅਤੇ ਨਾਲ ਇਹ ਵੀ ਦੱਸ ਦਿੰਦਾ ਵੀ ਇੱਥੇ ਜਿਹੜੀਆਂ ਮੱਝਾਂ ਵਿਕਾਊ ਉਹਨਾਂ 'ਚ 52,000 ਤੋਂ ਰੇਟ ਸ਼ੁਰੂ ਹੈ, 2 ਮੱਝਾਂ ਹੈ ਜਿਹੜੀਆਂ 52,000 ਰੇਟ ਦੀਆਂ, ਬਾਕੀ ਸਾਰੀਆਂ ਇਹਦੇ ਉੱਤੇ ਕੀਮਤ ਦੀਆਂ ਮੱਝਾਂ ਹੈ। ਇਹ ਤੋਂ ਬਿਨਾਂ ਬਾਈ ਬੂਰੀ ਤੋਂ ਅੱਗੇ ਮੱਝ ਕਿਹੜੀ ਵੇਚਣੀ ਆਪਾਂ? ਠੀਕ ਹੈ, ਇਹ ਕਿੰਨੇ ਚਿਰ ਦੀ ਗੱਭਣ ਹੈ ਅਤੇ ਕਹਿੰਦਾ ਸੂਆ ਸੋਣਾ ਇਹਨੇ? ਇਹਨੇ ਦੂਜਾ ਸੂਆ ਸੋਣਾ ਜੀ। ਠੀਕ ਹੈ, ਗੱਭਣ 5 ਮਹੀਨੇ ਦੀ ਜੀ, 5 ਮਹੀਨਿਆਂ ਦੀ, ਦੁੱਧ ਹੋਣਾ ਇਹਦੇ ਥੱਲੇ, ਦੁੱਧ 5 ਕਿਲੋ ਜੀ, 5 ਕਿਲੋ ਦੁੱਧ ਅਤੇ 5 ਮਹੀਨਿਆਂ ਦੀ ਗੱਭਣ। ਦੱਸੋ ਬਹਿਣੀ ਵਾਲਾ ਨਾ ਜੀ, ਇਹ ਥੋੜੇ ਦਿਨ ਇਨਫੈਕਸ਼ਨ ਹੋ ਗਈ, ਥੋੜਾ ਘਟਿਆ ਆ ਦੁੱਧ ਵਿੱਚ, ਥੋੜਾ ਘੱਟ ਹੈ। ਹਾਂਜੀ ਊਂ ਚੱਲਦਾ ਸਹੀ ਹੈ, ਉਹ ਬਰਾਬਰ ਹੈ। ਠੀਕ ਹੈ, ਸੋ ਦੱਸੋ ਸਹਿਜ ਬਰਾਬਰ ਦਾ ਦੁੱਧ ਸਹੀ ਹੈ ਪਰ ਦੁੱਧ ਘੱਟ ਹੈ ਕਿਉਂਕਿ ਇਨਫੈਕਸ਼ਨ ਹੋ ਗਈ ਸੀ ਬਾਈ ਦੱਸਦਾ। ਦੂਜੇ ਸੂਏ ਵਾਸਤੇ ਮੱਝ ਇਹ ਗੱਭਣ ਹੈ, ਵੇਖਣ 'ਚ ਬਰਾਬਰ ਲੱਗਦਾ ਪਰ ਦੁੱਧ ਘੱਟ ਹੈ। ਹਵਾਨਾ ਬਹੁਤ ਸੋਹਣਾ ਬਣਾਇਆ ਹੋਊਗਾ ਸੂਣ ਲੱਗੀ ਨੇ ਕਿਉਂਕਿ ਥਣਾਂ 'ਚ ਬਿੱਥੀ ਬੜੀ ਚੰਗੀ ਦਿਖਾਉਂਦੀ ਹੈ। ਕੱਟਾ ਮਗਰ
ਕੱਟਾ ਇਹਦੇ ਨਾਲ ਹੈ ਅਤੇ ਦੁੱਧ ਇਹ ਦੋਨੇ ਟਾਈਮ ਦਿੰਦੀ ਹੈ। ਤੁਸੀਂ ਇਹਦਾ ਹਵਾਨਾ ਇੱਥੋਂ ਦੇਖੋ, ਕਣਾਂ 'ਚ ਬਿੱਥੀ ਬੁੱਥੀ ਬਹੁਤ ਸੋਹਣੀ ਹੈ। ਦੱਸੋ ਝੋਟੀ ਦੀ ਦੂਜੇ ਸੂਏ ਵਾਸਤੇ ਕੱਪਣ ਇਹਦੋਂ ਅੱਗੇ ਬਾਈ ਕਿਹੜੀ ਹੈ ਜਸਵਿੰਦਰ? ਠੀਕ ਹੈ, ਇਹ ਕਿੰਨਵਾਂ ਸੂਆ ਸੂਈ ਵੀ ਹੈ? ਚੌਥਾ ਸੂਆ ਸੂਣਾ। ਕਿੰਨੇ ਚਿਰ ਦੀ ਕੱਪਣ ਇਸ ਟਾਈਮ? ਇਹ ਸਾਢੇ ਚਾਰਾਂ ਦੀ। ਸਾਢੇ ਚਾਰਾਂ ਦੀ ਦੁੱਧ ਇਹ ਕਿੰਨਾ ਦਿੰਦੀ ਹੈ? 2-6 ਕਿਲੋ ਜੀ। 6 ਕਿਲੋ ਹੀ ਇਹਦੇ ਥੱਲੇ ਹੈਗਾ, ਕੱਟਾ ਜਾਂਦਾ ਮਗਰ। ਠੀਕ ਹੈ, ਕੱਟੇ ਨਾਲ ਦੇ ਦਿਆਂਗੇ? ਹਾਂਜੀ ਹਾਂਜੀ। ਠੀਕ ਹੈ, ਸੋ ਦੋਸਤੋ ਇਹ ਵੀ ਦੇਖੋ ਤੁਸੀਂ, ਮੱਝ ਲਗਭਗ ਸੇਮ ਜਿਹੀਆਂ ਹੀ ਗੱਭਣਾ ਦੋਸਤੋ ਸਾਰੀਆਂ ਹੀ, 4.5 ਤੋਂ 5 ਮਹੀਨੇ 6 ਮਹੀਨਿਆਂ ਤੱਕ ਗੱਭਣ ਹੈ ਅਤੇ ਦੁੱਧ ਵੀ ਇਹਨਾਂ ਦਾ 5 ਤੋਂ 6 ਕਿਲੋ ਹੈ। ਜਿਹੜੀ ਕੋਈ ਡਰਾਈ ਹੈ ਉਹ ਵੀਰ ਤੁਹਾਨੂੰ ਦੱਸ ਹੀ ਰਿਹਾ ਵੀ ਡਰਾਈ ਹੈ, ਇਹ ਦੁੱਧ ਦਿੰਦੀਆਂ ਤਾਂ ਦੁੱਧ ਤੁਹਾਨੂੰ ਦਿੰਦੀਆਂ ਦੱਸਦਾ। ਤੁਸੀਂ ਦੁੱਧ ਇੱਥੇ ਹੀ ਚੋ ਕੇ ਦੇਖ ਲਿਓ, ਥਣ ਪਾਸ ਕਰ ਲਿਓ ਕਹਿਣ ਤੋਂ ਭਾਵ ਇਦੂ ਬਾਅਦ 'ਚ, ਕਿਉਂਕਿ ਤੋਕੜ ਗੱਭਣ ਪਸ਼ੂ ਹੈ, ਪਤਾ ਨਹੀਂ ਹੁੰਦਾ ਸੋ ਕਿੰਨਾ ਚਿਰ ਇਹਨਾਂ ਨੇ ਅੱਗੇ ਮਿਲਣਾ ਹੁੰਦਾ। ਇਹ 2 ਕੱਟੇ ਆ ਦੋਸਤੋ ਜਿਹੜੀਆਂ 2 ਬਾਅਦ 'ਚ ਮੱਝਾਂ ਦਿਖਾਈਆਂ। ਠੀਕ ਹੈ ਬਾਈ, ਹੋਰ ਜਸਵਿੰਦਰ ਬਾਈ ਇਹਨਾਂ ਚੋਕੇ ਦਾ ਨਾਲ ਵੇਚਣਾ। ਠੀਕ ਹੈ, ਇਹ ਓਕੇ। ਅੱਛਾ ਇਹ ਕਿੰਨੇ ਚਿਰ ਦੀ ਗੱਭਣਾ ਬਾਈ? ਇਹ 5 ਮਹੀਨੇ ਦੀ। 5 ਮਹੀਨਿਆਂ ਦੀ ਸੂਏ ਕਿੰਨੇ ਵਾਸਤੇ? ਤੀਜਾ ਸੂਆ ਸੁਣਾ ਜੀ। ਠੀਕ ਹੈ, ਦੁੱਧ ਹੁਣ ਕਿੰਨਾ ਦਿੰਦੀ? 7 ਕਿਲੋ ਜੀ। 7 ਕਿਲੋ ਹੈਗਾ ਉਹੀ ਪਾਸੇ ਮਾੜਾ। ਦੋਸਤੋ ਤੀਜੇ ਸੂਏ ਵਾਸਤੇ ਗੱਭਣ ਝੋਟੀ ਦੇਖੋ, ਹਵਾਨਾ ਹੁਣੇ ਦੇਖ ਲਓ, ਬਹੁਤ ਸੋਹਣਾ। ਸਿੰਗ ਥੋੜ੍ਹਾ ਜਿਹਾ ਖੁੱਲ੍ਹਾ, ਉਹ ਤੁਹਾਡੇ ਸਾਹਮਣੇ ਹੈ। ਬਾਕੀ ਤੀਜੇ ਸੂਏ ਵਾਸਤੇ ਗੱਭਣ ਹੈ। ਜਸਵਿੰਦਰ ਬਾਈ ਇਹ ਚੋਈ ਵੀ ਹੈ ਸੁਬਹ ਦੀ? ਹਾਂਜੀ ਹਾਂਜੀ। ਹਵਾਨਾ ਫਿਰ ਇਹ ਮਤਲਬ ਜ਼ਿਆਦਾ ਭਰਦੀ? ਬਹੁਤ ਜੀ। ਅੱਛਾ, ਸੋਹਣੀ ਭਰਦੀ ਹੈ ਫਿਰ? ਹਾਂਜੀ। ਠੀਕ ਹੈ, ਸੋ ਦੋਸਤੋ ਇਹ ਝੋਟੀ ਇਹ ਮੱਝ ਦੇਖੋ, 16 ਕਿਲੋ ਦੁੱਧ ਸੀਗਾ ਜੀ। ਅੱਛਾ ਹਾਂਜੀ, ਠੀਕ ਹੈ। ਸੋ ਦੋਸਤੋ 16-17 ਕਿਲੋ ਦੁੱਧ ਦੀ ਮਾਲਕਣ ਹੈ ਝੋਟੀ, ਅੱਧ ਗੱਬ ਹੋਈ ਖੜੀ ਹੈ। ਜੇ ਕੋਈ ਵੀਰ ਖਰੀਦਣਾ ਚਾਹੁੰਦਾ, ਢਾਂਚਾ ਤੁਹਾਡੇ ਸਾਹਮਣੇ ਇਹਦਾ। ਸੋ ਲਾਸਟ 'ਤੇ ਇੱਕ ਹੋਰ ਮੱਝ ਤੁਹਾਨੂੰ ਦਿਖਾਉਣਾ ਦੋਸਤੋ, ਪੈਠਪੁੜੇ ਦੀ। ਇਹ ਵੀ ਬਹੁਤ ਖੁੱਲ੍ਹੀ ਹੈ, ਇਹਦਾ ਤੁਸੀਂ ਢਾਂਚਾ ਦੇਖ ਸਕਦੇ ਹੋ ਅਤੇ ਇਹਦਾ ਵੀ ਸਿੰਗ ਜ਼ਰੂਰ ਖੁੱਲ੍ਹਾ ਦੋਸਤੋ। ਕੱਦ ਵਜਨ ਮੱਝ ਦਾ ਬਹੁਤ ਹੈ, ਖੁੱਲ੍ਹੀ ਡੁੱਲੀ ਹੈ। ਜਸਵਿੰਦਰ ਭਾਈ ਕਿੰਨਵਾਂ ਸੂਆ ਹੈ? 5-6 ਸੂਆ ਸੂਆ ਸੂਗੀ। ਕਿੰਨੇ ਚਿਰ ਦੀ ਗੱਭਣ ਹੈ ਬਾਈ? 3.5 ਦੀ ਗੱਭਣ। ਦੁੱਧ ਡਰਾਈ ਕੀਤੀ, 2 ਸਾਲ ਸੂਈ ਨੂੰ ਹੋ ਗਏ ਜੀ। 2 ਸਾਲ ਸੂਈ ਨੂੰ ਹੋ ਗਏ ਆ ਤੇ ਇਹ ਦੁੱਧ ਹੁਣ ਡਰਾਈ ਆ, 3.5 ਮਹੀਨਿਆਂ ਦੀ ਚੈੱਕ ਪਾਸ ਹੋ ਗਈ ਹੈ। ਹਾਂਜੀ, ਕਰਵਾ ਸਕਦਾ ਨਾ ਜੀ? ਹਾਂਜੀ ਹਾਂਜੀ। ਸੱਜਣ ਦਾ 18 ਕਿਲੋ ਦੁੱਧ ਸੀਗਾ ਜੀ। ਸੱਜਣ ਦਾ 18 ਕਿਲੋ ਸੀ, ਇਹ ਤੋੜ ਕੇ ਦਿਖਾ ਦੇ ਬਾਈ। ਸੋ ਦੋਸਤੋ 2 ਸਾਲ ਹੋ ਗਏ ਸੂਈ ਨੂੰ, 5-6 ਸੂਆ ਮੱਝ ਨੇ ਸੂਣਾ, 3.5 ਮਹੀਨਿਆਂ ਦੀ ਹੁਣ ਗੱਭਣ ਹੋਈ ਹੈ। 2 ਸਾਲਾਂ ਬਾਅਦ ਚੰਗਾ ਕੱਦ ਹੈ, ਚੰਗਾ ਵਜਨ ਹੈ, ਹਵਾਨਾ ਬਿਲਕੁਲ ਡਰਾਈ ਹੈ, ਪਰ ਮਾਸ ਦੱਸਦਾ ਵੀ ਹਵਾਨਾ ਵੱਡਾ ਬਹੁਤ ਬਣਾਇਆ ਹੋਊਗਾ ਇਹਨੇ, ਕਿਉਂਕਿ ਸਹਿਜ ਫੇਰ ਹੀ ਖੁੱਲ੍ਹਦਾ ਜੇ ਦੋਸਤੋ ਆਪਾਂ ਨੂੰ ਇਹਦਾ ਹਵਾਨੇ ਦੀ ਜਿਹੜੀ ਉਹ ਸ਼ੇਪ ਸਮਝ ਆਉਂਦੀ ਹੈ। ਤਾਂ ਤੁਸੀਂ ਇਹਦਾ ਢਾਂਚਾ ਦੇਖ ਸਕਦੇ ਹੋ, ਸਿੰਗ ਇਹਦੇ ਖੁੱਲ੍ਹੇ ਆ। ਸਿੰਗਾਂ ਵੱਲੋਂ ਤੁਸੀਂ ਇਹ ਮੰਨ ਲਓ ਵੀ ਇਹਨੂੰ ਤੁਸੀਂ ਸੁਹੱਪਣ 'ਚ ਨਹੀਂ ਲੈ ਸਕਦੇ, ਸਿੰਗ ਸਿਰਫ ਵੈਸੇ ਹੀ ਹੈ ਇਹਦੇ, ਪਰ ਬਾਕੀ ਬਾਡੀ ਬਣਤਰ ਦੀ ਜੇ ਗੱਲ ਕਰਦੇ ਹਾਂ ਤਾਂ ਕਾਫੀ ਚੰਗੀ ਮੱਝ ਦਿਸਦੀ ਹੈ। ਪਸੰਦ ਜਿਹਨੂੰ ਆਵੇ ਉਹ ਵੀਰ ਕਾਲ ਕਰ ਸਕਦਾ ਬਾਈ ਨੂੰ, ਨੰਬਰ ਸਕਰੀਨ 'ਤੇ ਬਾਈ ਦਾ ਚੱਲੀ ਜਾਂਦਾ। ਅੱਜ ਦੀ ਵੀਡੀਓ 'ਚ ਜੇ ਨਗਾਂ ਦੀ ਗੱਲ ਕਰੀਏ ਦੋਸਤੋ, 10 ਮੱਝਾਂ ਤੋਂ ਉੱਪਰ ਗੱਭਣ ਹੈ ਅਤੇ 10ਾਂ 'ਚੋਂ ਤੁਹਾਨੂੰ ਜਿਹੜਾ ਪਸ਼ੂ ਚੰਗਾ ਲੱਗਿਆ ਆ ਕੇ ਦੇਖਿਓ ਜੀ, ਤਸੱਲੀ ਕਰ ਲਿਓ, ਕਿਉਂਕਿ ਮੈਂ ਤੁਹਾਨੂੰ ਸਿਰਫ ਇਹਨਾਂ ਬਾਰੇ ਇਨਫੋਰਮੇਸ਼ਨ ਦਿੱਤੀ ਹੈ। ਦੁੱਧ ਚੋਣਾ, ਚੈੱਕ ਪਾਸ ਕਰਨੀ ਅਤੇ ਜਾਂ ਥਣਾਂ ਨੂੰ ਦੇਖਣਾ, ਹਵਾਨੇ ਨੂੰ ਦੇਖਣਾ, ਇਹਨਾਂ ਦੇ ਢਾਂਚੇ ਨੂੰ ਦੇਖਣਾ, ਉਹ ਤੁਹਾਡਾ ਕੰਮ ਹੈ, ਕਿਉਂਕਿ ਇੰਨੇ ਪਸ਼ੂਆਂ 'ਚੋਂ ਇੱਕ ਪਸ਼ੂ ਬਾਹਰ ਕੱਢ ਲਈਏ ਤਾਂ ਫਿਰ ਸਾਰੇ ਹੀ ਰਿੰਗਣ ਲੱਗ ਪੈਂਦੇ ਆ, ਤਾਂ ਹੀ ਇੱਥੇ ਖੜ੍ਹੇ ਤੁਹਾਨੂੰ ਦਿਖਾਤੇ ਆ। ਇਸ ਡੇਅਰੀ ਫਾਰਮ 'ਚ ਵੈਸੇ ਮੱਝਾਂ ਜਿਹੜੀਆਂ ਉਹ ਕਾਫੀ ਹੁੰਦੀਆਂ ਜਿਵੇਂ ਮੈਂ ਪਹਿਲਾਂ ਦੱਸਿਆ, ਅਤੇ ਦੁੱਧ ਵੀ ਚੰਗੇ ਵਾਲੇ ਪਸ਼ੂ ਬਾਈ ਰੱਖਦਾ। ਤੁਸੀਂ ਆਪਦੀ ਪਸੰਦ ਦਾ ਪਸ਼ੂ ਖਰੀਦ ਸਕਦੇ ਹੋ। ਮਿਹਰਬਾਨੀ।